ਏਜ ਵਧਣ ਨਾਲ ਜਿਹੜੀ ਬਾਅਦ ਚ ਪ੍ਰੈਗਨੈਂਸੀ ਦੇ ਇਸ਼ੂਜ਼ ਆ ਸਕਦੇ ਐ ਸੋ ਉਹਦੇ ਲਈ ਆਪਣੇ ਕੋਲ ਹੁਣ ਇਹ ਹੈ ਕਿ ਆਈਵੀਐਫ ਦੀ ਤਕਨੀਕ ਹੈ ਜਿਹਦੇ ਨਾਲ ਆਪਾਂ ਐਗ ਫ੍ਰੀਜ਼ ਕਰਾ ਕੇ ਰੱਖ ਸਕਦੇ ਐ ਏਜ ਦੇ ਨਾਲ ਐਗ ਕੁਆਲਿਟੀ ਤੇ ਕੁਆਂਟੀਟੀ ਦੋਵੇਂ ਘਟਦੇ ਜਾਂਦੇ ਐ ਸੋ ਇਨਫਰਟੀਲਿਟੀ ਹੋਣ ਦੇ ਬਹੁਤ ਚਾਂਸੇ ਹੋ ਜਾਂਦੇ ਐ ਜੇ ਆਪਾਂ ਐਗ ਫ੍ਰੀਜ਼ਿੰਗ ਪਹਿਲਾਂ ਕਰ ਲਏ ਨੇ ਤਾਂ ਉਹੀ ਐਗ ਆਪਾਂ ਯੂਜ਼ ਕਰ ਸਕਦੇ ਐ ਯੰਗਰ ਐਗਸ ਆਪਨੇ ਯੂਜ਼ ਹੋ ਸਕਦੇ ਵਰਡਸ ਕਾਂਟ ਐਕਸਪ੍ਰੈਸ ਦਾ ਲਵ ਠੀਕ ਐ ਫॉर द ਕਿਡਸ ਆਈ ਹੈਵ Uh I really thank to God for blessed me with twins. Uh Dr. Vijaydeep ma'am ne bahut changi tarah treat kita hai. Main unna nu no thank you vi karna chahangi kyunki uh unna ne no throughout pregnancy journey de vich mera bahut saath ditta hai the staff, uh, no te unna da supportive staff unna da vi bahut dhanwad karna chahangi. Love for them. Uh sanwes gal di khushi hundi hai ki assi bahut couples nu no joy of motherhood ਦੇ ਸਕੇ ਹਨ ਤਾਂ ਰੱਬ ਦਾ ਸ਼ੁਕਰ ਹੈ ਕਿ ਉਹਨਾਂ ਨੇ ਸਾਡੇ ਹੱਥੋਂ ਇਹ ਕੰਮ ਕਰਾਇਆ ਹੁਣ ਵੀ ਲਾਸਟ ਮੰਥ ਸਾਡੇ ਜਿਹੜੇ ਹੈਗੇ 10 ਪੇਸ਼ੈਂਟਸ ਪੋਜ਼ਿਟਿਵ ਆਏ ਆਈਵੀਐਫ ਦੇ ਸੋ ਰਿਜ਼ਲਟਸ ਬਹੁਤ ਅੱਛੇ ਹੈ ਬੜੇ ਪ੍ਰੋਮਿਸਿੰਗ ਹੈ ਮਦਰ ਬੰਨਾ ਇੱਕ ਪਾਰਟ ਔਰਤ ਦੀ ਲਾਈਫ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਬਟ ਉਹ ਪੂਰੀ ਉਹਦੀ ਲਾਈਫ ਨਹੀਂ ਹੈ ਤੋ ਇਸ ਚੀਜ਼ ਨੂੰ ਲੈ ਕੇ ਡਿਪਰੈਸ਼ਨ ਚ ਜਾਣਾ ਕਿ ਮੈਂ ਮਾਂ ਨਹੀਂ ਬਣ ਸਕਦੀ ਮੇਰੇ ਬੇਬੀ ਨਹੀਂ ਹੋ ਰਿਹਾ ਐਂਡ ਸੋਸਾਇਟੀ ਵੀ ਤਾਨੇ ਦਿੰਦੀ ਹੈ ਇਹ ਨਹੀਂ ਹੋਣਾ ਚਾਹੀਦਾ ਸਾਸ਼ਵਿਕਾ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪਰਮਜੀਤ कौर ਮਾਂ ਬਣਨਾ ਰੱਬ ਦਾ ਇੱਕ ਬਹੁਤ ਹੀ ਖੂਬਸੂਰਤ ਅਤੇ ਨਾਇਾਬ ਤੋਹਫਾ ਹੁੰਦਾ ਹੈ ਤੇ ਮਾਂ ਹਰ ਪਲ ਹਰ ਟਾਈਮ ਆਪਣੇ ਬੱਚੇ ਦੇ ਲਈ ਹੀ ਜੀਉਂਦੀ ਹੈ ਮਾਂ ਦੀ ਇੱਕ ਖਾਸ ਸਹਮੇਤ ਹੁੰਦੀ ਹੈ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਬੱਚਾ ਜਦੋਂ ਹੱਸਦਾ ਹੈ ਤਾਂ ਮਾਂ ਹੱਸਦੀ ਹੈ ਬੱਚਾ ਜਦੋਂ ਦੁਖੀ ਹੁੰਦਾ ਹੈ ਤਾਂ ਮਾਂ ਵੀ ਦੁਖੀ ਹੁੰਦੀ ਹੈ ਸੋ ਅੱਜ ਮਦਰਸ ਡੇ ਹੈ ਮਦਰਸ ਡੇ ਮਈ ਮਹੀਨੇ ਦੇ ਦੂਸਰੇ ਸੰਡੇ ਨੂੰ ਪੂਰੇ ਵਰਲਡ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਇੱਕ ਮਾਂ ਨੂੰ ਆਨਰ ਕਰਨ ਦੇ ਲਈ ਸੋ ਇਸੇ ਮੌਕੇ ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਰਾਣਾ ਹਸਪੀਟਲ ਦੇ ਵਿੱਚ ਤੇ ਇੱਥੇ ਡਾਕਟਰਸ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਹਾਂ ਕਿ ਇਸ ਮਦਰਡੇ ਦੇ ਮੌਕੇ ਤੇ ਉਹਨਾਂ ਦਾ ਕੀ ਕਹਿਣਾ ਹੈ ਸੋ ਅੱਜ ਮਦਰਜ਼ ਡੇ ਦੇ ਮੌਕੇ ਤੇ ਸਾਡੇ ਨਾਲ ਨੇ ਰਾਣਾ ਹਸਪੀਟਲ ਤੋਂ ਗਾਇਨਕੋਲੋਜਿਸਟ ਐਂਡ ਆਈਵੀਐਫ ਸਪੈਸ਼ਲਿਸਟ ਡਾਕਟਰ ਵਿਜੇਦੀਪ ਕੌਰ ਜੀ ਸਤਿ ਸ਼ਕਾਲਮ ਸਤਿ ਸ਼ਕਾਲਮ ਮੈਮ ਜਿਵੇਂ ਕਿ ਅੱਜ ਮਦਰਜ਼ ਡੇ ਹੈ ਤੇ ਤੁਸੀਂ ਇੱਕ ਡਾਕਟਰ ਵੀ ਹੋ ਇੱਕ ਮਦਰ ਵੀ ਹੋ ਤੇ ਮੈਮ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਬੈਲੈਂਸ ਕਰਦੇ ਹੋ ਦੇਖੋ ਬੀਇੰਗ ਅ ਡਾਕਟਰ ਨਾਲ ਬੱਚਿਆਂ ਨੂੰ ਵੀ ਦੇਖਣਾ ਹੀ ਪੈਂਦਾ ਉਹ ਵੀ ਬਹੁਤ ਜ਼ਰੂਰੀ ਹੈ ਉਹਨਾਂ ਦੀ ਸਕੂਲਿੰਗ ਤੋਂ ਲੈ ਕੇ ਉਹਨਾਂ ਦੀ ਟਿਊਸ਼ਨਸ ਉਹਨਾਂ ਦਾ ਖਾਣਾ ਕਿਹੜੇ ਵੇਲੇ ਕੀ ਖਾਣਾ ਹੈ ਕਦੋਂ ਉਹਨਾਂ ਨੂੰ ਉਠਾਣਾ ਹੈ ਕਦੋਂ ਉਹਨਾਂ ਨੇ ਸੌਣਾ ਹੈ ਉਹਨਾਂ ਦਾ ਹੋਮਵਰਕ ਦੇਖਣਾ ਉਹਨਾਂ ਦੇ ਟੈਸਟਸ ਦੇਖਨੇ ਸਭ ਕੁਝ ਉਹਨਾਂ ਦੇ ਪੀਟੀਐਮਸ ਅਟੈਂਡ ਕਰਨੀਆਂ ਉਹ ਸਾਰਾ ਤਾਂ ਉਹ ਕਰਨਾ ਹੀ ਪੈਂਦਾ ਹੈ ਚਾਹੇ ਤੁਸੀਂ ਡਾਕਟਰ ਹੋ ਚਾਹੇ ਜੋ ਮਰਜ਼ੀ ਹੋਵੇ ਬਟ ਉਹ ਇੱਕ ਚੀਜ਼ ਹੈ ਜ ਜਿਤ ਨੂੰ ਤੁਸੀਂ ਅਵੋਇਡ ਨਹੀਂ ਕਰ ਸਕਦੇ ਸੋ ਉਹਦੇ ਲਈ ਬੈਲੈਂਸ ਕ੍ਰੀਏਟ ਕਰਨਾ ਇਨ தி ਸੈਂਸ ਕਿ ਤੁਹਾਨੂੰ ਆਪਣੀ ਟਾਈਮ ਮੈਨੇਜਮੈਂਟ ਪ੍ਰੋਪਰ ਰੱਖਣੀ ਪੈਂਦੀ ਹੈ ਦਿਨ ਚ 24 ਘੰਟੇ ਹੁੰਦੇ ਆ ਬਹੁਤ ਹੁੰਦੇ ਆ ਤੁਸੀਂ ਆਪਣਾ ਸਾਰਾ ਕਰ ਸਕਦੇ ਹੋ ਇਹ ਹੈ ਕਿ ਆਪਣਾ ਥੋੜਾ ਜਿਹਾ ਟਾਈਮ ਆਪ ਦੇ ਲਈ ਥੋੜਾ ਜਿਹਾ ਘਟ ਜਾਂਦਾ ਬਟ ਇਹ ਹੈ ਕਿ ਹਾਂ ਬੈਲੈਂਸ ਹੋ ਜਾਂਦਾ ਹੈ ਮੈਮ ਜਿਵੇਂ ਕਿ ਅੱਜਕੱਲ ਲੇਡੀਜ਼ ਨੇ ਕਰੀਅਰ ਓਰੀਐਂਟਡ ਨੇ ਤੇ ਉਹਨਾਂ ਦੀ ਮਾਂ ਬਣਨ ਦੀ ਵੀ ਉਮਰ ਜਿਹੜੀ ਕਿ ਨਿਕਲ ਜਾਂਦੀ ਹੈ ਤੇ ਮੈਮ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਨਹੀਂ ਬਿਲਕੁਲ ਅੱਜਕੱਲ ਕੁੜੀਆਂ ਕੋ ਕਰੀਅਰ ਓਰੀਐਂਟਡ ਹੈ ਇਹ ਨਹੀਂ ਹੈ ਕਿ ਜਦੋਂ ਹੀ ਲੜਕਾ ਮਿਲਿਆ ਅੱਛਾ ਫਟਾਫਟ ਸ਼ਾਦੀ ਕਰਾ ਲਈ ਪਹਿਲਾਂ ਉਹ ਸੈਟਲ ਹੁੰਦੀਆਂ ਉਸ ਤੋਂ ਬਾਅਦ ਸ਼ਾਦੀ ਬਾਰੇ ਸੋਚਦੀਆਂ ਸੋ ਇਸ ਚੀਜ਼ ਚ ਇਟ ਇਜ਼ ਅ ਗੁੱਡ ਥਿੰਗ ਚੰਗੀ ਗੱਲ ਹੈ ਕਿ ਇੰਡੀਪੈਂਡੈਂਟ ਹੁੰਦੀਆਂ ਪਹਿਲਾਂ ਬਟ ਉਸ ਚ ਕਈ ਵਾਰੀ ਇਹ ਹੁੰਦਾ ਹੈ ਕਿ ਏਜ ਵਧਣ ਨਾਲ ਜਿਹੜੀ ਬਾਅਦ ਚ ਪ੍ਰੈਗਨੈਂਸੀ ਚ ਇਸ਼ੂਜ਼ ਆ ਸਕਦੇ ਹੈ ਸੋ ਉਹਦੇ ਲਈ ਆਪਣੇ ਕੋਲ ਹੁਣ ਇਹ ਹੈ ਕਿ ਆਈਵੀਐਫ ਦੀ ਤਕਨੀਕ ਹੈ ਜਿਹਦੇ ਨਾਲ ਆਪਾਂ ਐਗ ਫਰੀਜ਼ ਕਰਾ ਕੇ ਰੱਖ ਸਕਦੇ ਆ ਚਾਹੇ ਆਪਾਂ ਆਪਣੀ ਫੈਮਿਲੀ ਲੇਟਰ ਔਨ ਫੈਮਿਲੀ ਵੇ ਤੇ ਜਾਣਾ ਬਟ ਆਪਾਂ ਪਹਿਲਾਂ ਐਗ ਫਰੀਜ਼ ਕਰਾ ਕੇ ਮੈਰਿਜ ਤੋਂ ਪਹਿਲਾਂ ਵੀ ਐਗ ਫਰੀਜ਼ ਕਰਾ ਕੇ ਰੱਖ ਸਕਦੇ ਤਾਂ ਕਿ ਆਪਾਂ ਲੇਟਰ ਔਨ ਉਹਨੂੰ ਯੂਜ਼ ਕਰ ਸਕੀਏ ਬਿਕੋਜ਼ ਏਜ ਦੇ ਨਾਲ ਐਗ ਕੁਆਲਿਟੀ ਤੇ ਕੁਆਂਟੀਟੀ ਦੋਵੇਂ ਹੀ ਘਟਦੇ ਜਾਂਦੇ ਆ ਸੋ ਇਨਫਰਟਿਲਿਟੀ ਹੋਣ ਦੇ ਬਹੁਤ ਚਾਂਸਸ ਹੋ ਜਾਂਦੇ ਆ ਜੇ ਆਪਾਂ ਐਗ ਫਰੀਜ਼ਿੰਗ ਪਹਿਲਾਂ ਕਰਾ ਲੈਂਦੇ ਆ ਤਾਂ ਉਹੀ ਐਗ ਆਪਾਂ ਯੂਜ਼ ਕਰ ਸਕਦੇ ਆ ਯੰਗਰ ਐਗਜ਼ ਆਪਣੇ ਯੂਜ਼ ਹੋ ਸਕਦੇ ਆ ਔਰ ਮੈਮ ਜਿਵੇਂ ਕਿ ਅੱਜਕਲ੍ਹ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਲੇਡੀਜ਼ ਜੋ ਹੈਗੀਆਂ ਨੇ ਮਾਂ ਨਹੀਂ ਬਣ ਸਕਦੀਆਂ ਹੈਗੀਆਂ ਤਾਂ ਉਸਕੇ ਉਹਨਾਂ ਕੇਸਿਸ ਦੇ ਵਿੱਚ ਰਾਣਾ ਹਸਪੀਟਲ ਕਿਵੇਂ ਉਹਨਾਂ ਦੀ ਹੈਲਪ ਕਰਦਾ ਹੈ ਮਾਂ ਬਨਣ ਦੇ ਵਿੱਚ ਕਿ ਕਿ ਟੈਕਨੀਕਸ ਯੂਜ਼ ਹੁੰਦੀਆਂ ਨੇ ਮੈਮ ਇੱਥੇ ਦੇਖੋ ਸਾਡਾ ਜਿਹੜਾ ਰਾਣਾ ਆਈਵੀਐਫ ਸੈਂਟਰ ਹੈ ਉਹ ਇੱਕ ਸਟੇਟ ਆਫ ਦਾ ਆਰਟ ਆਈਵੀਐਫ ਸੈਂਟਰ ਹੈ ਹਰ ਫੈਸਿਲਿਟੀਜ਼ ਅਵੇਲੇਬਲ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅਸੀਂ ਬਹੁਤ ਕਪਲਸ ਨੂੰ ਜੋਏ ਆਫ ਮਦਰਹੂਡ ਦੇ ਸਕੇ ਹਾਂ ਤਾਂ ਰੱਬ ਦਾ ਸ਼ੁਕਰ ਹੈ ਕਿ ਉਹਨਾਂ ਨੇ ਸਾਡੇ ਹੱਥੋਂ ਇਹ ਕੰਮ ਕਰਾਇਆ ਹੈ ਤੋ ਸਾਡੇ ਕੋਲ ਹਰਿ ਸਾਰੀਆਂ ਫੈਸਿਲਿਟੀਆਂ ਹੈ ਕਿਸੇ ਵੀ ਕਪਲ ਲਈ ਭਾਵੇਂ ਉਹ ਮੇਲ ਚ ਕੋਈ ਪ੍ਰੋਬਲਮ ਹੈ ਭਾਵੇਂ ਫੀਮੇਲ ਚ ਹੈ ਤੋ ਇੱਥੇ ਹਰ ਤਰ੍ਹਾਂ ਦਾ ਇਲਾਜ ਸੰਭਵ ਹੈ ਐਂਡ ਬਹੁਤ ਜੋੜੇ ਹੈ ਬਹੁਤ ਕਪਲਸ ਹੈ ਜਿਹੜੇ ਇੱਥੋਂ ਬੇਬੀ ਦੀ ਖੁਸ਼ੀ ਲੈ ਕੇ ਗਏ ਹੈ ਮੈਮ ਅਜੇ ਵੀ ਕਈ ਲੇਡੀਜ਼ ਨੇ ਜਿਹੜੇ ਕਿ ਨੈਚੁਰਲ ਪ੍ਰੈਗਨਨਸੀ ਨੂੰ ਪ੍ਰੈਫਰੈਂਸ ਦਿੰਦੀਆਂ ਨੇ ਤੇ ਆਈਵੀਐਫ ਨੂੰ ਲੈ ਕੇ ਕਈ ਮਿਥਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਿ ਆਈਵੀਐਫ ਜੋ ਹੈ ਉਸ ਦੀ ਸਕਸੈਸ ਰੇਟ ਜਿਹੜੀ ਕਿ ਕਾਫੀ ਘੱਟ ਹੁੰਦੀ ਹੈ ਤੋ ਮੈਮ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਆਈਵੀਐਫ ਜਿੰਨੀ ਮਰਜ਼ੀ ਸਾਇੰਸ ਨੇ ਤਰੱਕੀ ਕਰ ਲਈ ਹੈ ਜਿੰਨਾ ਮਰਜ਼ੀ ਆਈਵੀਐਫ ਸੈਂਟਰਸ ਖੁੱਲ ਗਏ ਆ ਬਟ ਹਲੇ ਵੀ ਆਈਵੀਐਫ ਦੇ ਲਈ ਲੋਕਾਂ ਦੇ ਮਨ 'ਚ ਬਹੁਤ ਵਹਿਮ ਬਹੁਤ ਭਰਮ ਹੈ ਲੋਕ ਆਪਣੀ ਜਿਹੜੀ ਪ੍ਰਾਈਮ ਉਮਰ ਹੈ ਉਹ ਇਸੇ ਗੱਲ 'ਚ ਕੱਢ ਦਿੰਦੇ ਆ ਕਿ ਹੋ ਜਾਏਗੀ ਪ੍ਰੈਗਨੈਂਸੀ ਵੇਟ ਕਰਦੇ ਰਹਿੰਦੇ ਆ ਕਿ ਨੈਚੁਰਲ ਵੇਜ ਕਨਸੈਪਸ਼ਨ ਹੋਏਗੀ ਉਹ ਸੋਚਦੇ ਆ ਕਿ ਆਈਵੀਐਫ ਪਤਾ ਨਹੀਂ ਕੁਝ ਅਨੈਚੁਰਲ ਤਰੀਕਾ ਹੈ ਸ਼ਾਇਦ ਜਿਹੜਾ ਹਲੇ ਨਹੀਂ ਅਸੀਂ ਕਰਨਾ ਜਦੋਂ ਸਾਰੇ ਰਸਤੇ ਬੰਦ ਹੋ ਜਾਣਗੇ ਸਭ ਕੁਝ ਖਤਮ ਹੋ ਜਾਏਗਾ ਉਦੋਂ ਅਸੀਂ ਆਈਵੀਐਫ ਫਲਤੁਰਾਂਗੇ ਉਹ ਇਹ ਨਹੀਂ ਸਮਝਦੇ ਕਿ ਆਈਵੀਐਫ ਲਈ ਯੰਗਰ ਏਜ ਚ ਰਿਜ਼ਲਟਸ ਬੈਟਰ ਆਉਂਦੇ ਆ ਕਿਉਂਕਿ ਤੁਹਾਡੇ ਆਪਣੇ ਐਗਸ ਯੂਜ਼ ਹੋ ਸਕਦੇ ਆ ਜਿਵੇਂ ਜਿਵੇਂ ਤੁਹਾਡੀ ਏਜ ਵੱਧਦੀ ਜਾਂਦੀ ਹੈ ਉਵੇਂ ਉਵੇਂ ਜਿਹੜੇ ਤੁਹਾਡੇ ਐਗਸ ਹੈ ਉਹ ਖਤਮ ਹੁੰਦੇ ਜਾਂਦੇ ਆ ਜਾਂ ਉਹਨਾਂ ਦੀ ਕੁਆਲਿਟੀ ਘਟਦੀ ਜਾਂਦੀ ਹੈ ਫਿਰ ਤੁਹਾਨੂੰ ਡੋਨਰ ਐਗਸ ਲੈਣੇ ਪੈਂਦੇ ਆ ਸੋ ਇਟ ਇਜ਼ ਬੈਟਰ ਕਿ ਜੇ ਆਈਵੀਐਫ ਆਪਾਂ ਯੰਗਰ ਏਜ ਤੇ ਕਰਾ ਲਈਏ ਜਿਵੇਂ ਜੇ ਤੁਹਾਨੂੰ ਮੈਰਿਜ ਨੂੰ ਸਪੋਜ਼ 4-5 ਇਅਰਸ ਹੋ ਗਏ ਆ ਤੁਸੀਂ ਬਾਕੀ ਚੀਜ਼ਾਂ ਟਰਾਈ ਕਰ ਚੁੱਕੇ ਨਹੀਂ ਬੱਚਾ ਹੋ ਰਿਹਾ ਤਾਂ ਡਾਇਰੈਕਟਲੀ ਗੋ ਇਨ ਫॉर ਆਈਵੀਐਫ ਇਹ ਮਿਥ ਹੋਣਾ ਕਿ ਆਈਵੀਐਫ ਕੁਝ ਅਨন্যাਚੁਰਲ ਚੀਜ਼ ਹੈ ਇਹਦੇ ਨਾਲ ਜਿਹੜਾ ਬੱਚਾ ਹੋਏਗਾ ਪਤਾ ਨਹੀਂ ਉਹ ਸਾਡਾ ਆਪਣਾ ਹੋਏਗਾ ਨਹੀਂ ਹੋਏਗਾ ਕੁਝ ਸੈਂਪਲਸ ਮਿਕਸਿੰਗ ਆ ਲੋਕਾਂ ਨੇ ਮੰਨਦੇ ਬਹੁਤ ਡਰਨਾ ਹੈ ਕਿ ਲੈਬ 'ਚ ਪਤਾ ਨਹੀਂ ਕੀ ਕੀ ਕਰਦੇ ਆ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਮੈਂ ਪੇਸ਼IENTS ਨੂੰ ਇਹ ਕਹਿਣਾ ਚਾਹਾਂਗੀ ਕਿ ਉਹ ਆਪਣੇ ਬੱਚੇ ਦਾ ਡੀਐਨਏ ਟੈਸਟ ਜਦੋਂ ਮਰਜ਼ੀ ਕਰਾ ਸਕਦੇ ਆ ਆਇ ਨਹੀਂ ਹੁੰਦਾ ਜੇ ਇਸ ਤਰ੍ਹਾਂ ਹੋਣ ਲੱਗ ਜਦਾ ਫਿਰ ਆਈਵੀਐਫ ਅਸੀਂ ਕਰੀ ਨਾ ਪਾਈਏ ਜੀ ਅਸੀਂ ਆਈ ਮਿਕਸਿੰਗ ਕਰੀ ਚੱਲੀਏ ਸੋ ਆਈ ਥਿੰਕ ਇਹ ਮਿਥ ਦੂਰ ਹੋਣਾ ਚਾਹੀਦਾ ਕਿ ਆਈਵੀਐਫ ਨੂੰ ਲਾਸਟ ਰਿਸੋਰਟ ਨਹੀਂ ਸਮਝਣਾ ਚਾਹੀਦਾ ਜਦੋਂ ਡਾਕਟਰ ਐਡਵਾਈਸ ਕਰਦਾ ਕਿ ਨਹੀਂ ਹੁਣ ਸਾਰੇ ਰਸਤੇ ਬੰਦ ਹੈਗੇ ਆ ਤੇ ਆਈਵੀਐਫ ਵੱਲ ਤੁਰਪੋ ਤਾਂ ਉਦੋਂ ਆਈਵੀਐਫ ਕਰਾ ਲੈਣਾ ਚਾਹੀਦਾ ਟਾਈਮਲੀ ਕਰਾ ਲੈਣਾ ਚਾਹੀਦਾ ਕੋਈ ਮਾਮ। ਤੇ ਮੈਂ ਮੈਂ ਗੱਲ ਕਰਾਂਗੇ ਕਿ ਰਾਣਾ ਹਸਪੀਟਲ ਦੇ ਵਿੱਚ ਕਿੰਨੇ ਕੋਈ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਜਿਹੜੇ ਕਿ ਆਈਵੀਐਫ ਨੇ ਔਰ ਕਿੰਨੇ ਕਿ ਤੁਸੀਂ ਮਤਲਬ ਕਨਸੀਵ ਕਰਵਾ ਚੁੱਕੇ ਹੋ ਹੁਣ ਤੱਕ। ਅ ਦੇਖੋ ਸਾਨੂੰ ਆਈਵੀਐਫ ਸਟਾਰਟ ਕੀਤੇ ਆਲਮੋਸਟ 10 ইয়ার্স ਹੋ ਗਏ ਐਂਡ ਸਾਡਾ ਸ਼ੁਰੂ ਤੋਂ ਹੀ ਰਿਜ਼ਲਟ ਦਾ ਰੇਟ ਹੈ ਉਹ ਬਹੁਤ ਅੱਛਾ ਰਿਹਾ ਆਰਾਊਂਡ 60 ਤੋਂ 70% ਸਾਡੇ ਸਕਸੈਸ ਰੇਟਸ ਹੈਂਡ ਸਕਸੈਸ ਸਟੋਰੀਜ਼ ਵੀ ਬਹੁਤ ਹੈ ਨਾਰਥ ਇੰਡੀਆ ਦੇ ਫਰਸਟ ਜਿਹੜੇ ਆਈਵੀਐਫ ਕੁਆਡਰੂਪਲੇਟ ਬੇਬੀਜ਼ ਸਾਡੇ ਹਸਪੀਟਲ ਚ ਹੋਏ ਸੀ ਐਂਡ ਹੋਰ ਵੀ ਬਹੁਤ ਇਹੋ ਜਿਹੀਆਂ ਸਕਸੈਸ ਸਟੋਰੀਜ਼ ਹੈ ਹੁਣ ਵੀ ਲਾਸਟ ਮੰਥ ਸਾਡੇ ਜਿਹੜੇ ਹੈਗੇ 10 ਪੇਸ਼ੈਂਟਸ ਪੋਜ਼ਿਟਿਵ ਆਏ ਆਈਵੀਐਫ ਦੇ ਸੋ ਰਿਜ਼ਲਟਸ ਬਹੁਤ ਅੱਛੇ ਹੈ ਬੜੇ ਪ੍ਰੋਮਿਸਿੰਗ ਹੈ ਇਹੀ ਕਹਿ ਸਕਦੀ ਹੈ ਮੈਂ ਕਿ ਸਾਡਾ ਸੈਂਟਰ ਵਨ ਆਫ ਦਾ ਬੈਸਟ ਇਨ ਪੰਜਾਬ ਹੈ ਬਿਲਕੁਲ ਜਿਵੇਂ ਕਿ ਮਾਂ ਬਣਨ ਦਾ ਸੁਪਨਾ ਜਿਹੜਾ ਕਿ ਹੁੰਦਾ ਹੈ ਹਰ ਲੇਡੀ ਦਾ ਹੁੰਦਾ ਹੈ ਉਸ ਨੂੰ ਪੂਰਾ ਕਰਨ ਦੇ ਵਿੱਚ ਪੂਰੀ ਤਰ੍ਹਾਂ ਹੈਲਪ ਕਰਦਾ ਹੈ ਬਿਲਕੁਲ ਮਦਰਸ ਡੇ ਤੇ ਮੈਨੂੰ ਇਹ ਕਹਿੰਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਰਾਣਾ ਹਸਪੀਟਲ ਮਦਰ ਬਣਨ ਦੀ ਖੁਸ਼ੀ ਬਹੁਤ ਕਪਲਸ ਨੂੰ ਦੇ ਸਕਿਆ ਬਿਲਕੁਲ ਮੈਮ ਅੱਜ ਮਦਰਸ ਡੇ ਹੈ ਤਾਂ ਮਾਂ ਮਾਂ ਬਣਨਾ ਇੱਕ ਰੱਬ ਦੇ ਵੱਲੋਂ ਇੱਕ ਨਾਇਆਬ ਤੇ ਬਹੁਤ ਖੂਬਸੂਰਤ ਤੋਹਫਾ ਹੈ ਮੈਮ ਸਾਰੀ ਲੇਡੀਜ਼ ਨੂੰ ਤੁਸੀਂ ਮਦਰਸ ਦੇ ਲਈ ਕੀ ਇੱਕ ਮੈਸੇਜ ਦੇਣਾ ਚਾਹੋਗੇ ਅਹ ਦੇਖੋ ਮੈਸੇਜ ਇਹੀ ਹੈ ਕਿ ਅ ਮਦਰ ਬੰਨਾ ਜ਼ਰੂਰ ਇੱਕ ਨਾਇਾਬ ਤੋਹਫਾ ਹੈ ਐਂਡ ਇਹਦੇ ਬਿਨਾ ਮਤਲਬ ਤੁਹਾਡੀ ਲਾਈਫ ਇਨਕੰਪਲੀਟ ਲੱਗਦੀ ਹੈ ਲੇਡੀ ਨੂੰ ਬਟ ਦਿਸ ਇਜ਼ ਇੱਕ ਤੁਹਾਡੀ ਕੱਲੀ ਇਹੀ ਲਾਈਫ ਨਹੀਂ ਹੈ ਸਪੋਜ਼ ਕਿਸੇ ਵੇਲੇ ਕਿਸੇ ਕਾਰਨ ਕਰਕੇ ਸਪੋਜ਼ ਤੁਸੀਂ ਸਭ ਕੁਝ ਕਰ ਨਹੀਂ ਬਣ ਸਕਦੇ ਤਾਂ ਇਟ ਇਜ਼ ਫਾਈਨ ਹੋਰ ਵੀ ਯੂ ਕੈਨ ਮਤਲਬ ਜੇ ਹੋਰ ਕੋਈ ਚਾਰਾ ਨਹੀਂ ਰਿਹਾ ਕੁਝ ਵੀ ਨਹੀਂ ਹੈ ਤਾਂ ਆਪਾਂ ਕਿਸੇ ਬੱਚੇ ਨੂੰ ਅਡਾਪਟ ਵੀ ਕਰ ਸਕਦੇ ਹਾਂ ਇਨ ਅ ਵੇ ਕਿ ਆਪਾਂ ਕਿਸੇ ਨੂੰ ਘਰ ਦੇ ਸਕਦੇ ਹਾਂ ਸੋ ਮਦਰ ਬੰਨਾ ਇੱਕ ਪਾਰਟ ਔਰਤ ਦੀ ਲਾਈਫ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਬਟ ਉਹ ਪੂਰੀ ਉਹਦੀ ਲਾਈਫ ਨਹੀਂ ਹੈ ਸੋ ਇਸ ਚੀਜ਼ ਨੂੰ ਲੈ ਕੇ ਡਿਪਰੈਸ਼ਨ ਚ ਜਾਣਾ ਕਿ ਮੈਂ ਮਾਂ ਨਹੀਂ ਬਣ ਸਕਦੀ ਮੇਰੇ ਬੇਬੀ ਨਹੀਂ ਹੋ ਰਿਹਾ ਸੋਸਾਇਟੀ ਵੀ ਤਾਨੇ ਦਿਨਦੀ ਹੈ ਇਹ ਨਹੀਂ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਇਹ ਚੀਜ਼ ਗਲਤ ਹੈ ਕਿਉਂਕਿ ਮੇਲ ਐਂਡ ਫੀਮੇਲ ਇਕੁਅਲ ਪਾਰਟਨਰ ਹੈ ਕਮੀ ਕਿਸੇ ਚ ਵੀ ਹੋ ਸਕਦੀ ਹੈ ਪਰ ਆਪਣੀ ਸੋਸਾਇਟੀ 'ਚ ਸਮਝਿਆ ਜਾਂਦਾ ਨਾਰਮਲੀ ਕਿ ਲੇਡੀ 'ਚ ਹੀ ਕਮੀ ਹੋਏਗੀ ਸੋ ਇੱਕ ਇਹ ਇਸ਼ੂ ਬਹੁਤ ਵੱਡਾ ਹੈ ਤੋਂ ਇਹ ਸਮਝਣਾ ਚਾਹੀਦਾ ਕਿ ਕਮੀ ਕਿਸੇ ਚ ਵੀ ਹੋ ਸਕਦੀ ਹੈ ਐਂਡ ਜੇ ਤਾਂ IVF ਦੀ ਤਕਨੀਕ ਨਾਲ ਜਾਂ ਇੱਕ ਸੀ ਨਾਲ ਕਿਸੇ ਚੀਜ਼ ਨਾਲ ਬੇਬੀ ਹੋ ਜਾਂਦਾ ਹੈ ਵੈਲ ਐਂਡ ਗੁੱਡ ਪਰ ਜੇ ਨਹੀਂ ਹੁੰਦਾ ਤਾਂ ਲਾਈਫ ਡਸਨਟ ਐਂਡ ਬਹੁਤ ਭਾਰੇ ਆਪਾਂ ਸੁਣਿਆ ਹੈ ਕਿ IVF ਦੇ ਨਾਲ ਯੂਜੂਲੀ ਟਵਿਨਸ ਹੁੰਦੇ ਨੇ ਤੇ ਆ ਜਾਣਾ ਹਸਪੀਟਲ ਦੇ ਵਿੱਚ ਇੱਕ ਪੇਸ਼ੈਂਟ ਹੈ ਕਿ ਜਿਸ ਨੂੰ ਨੈਚੁਰਲ ਕਨਸੈਪਸ਼ਨ ਦੇ ਨਾਲ ਜੁੜਵਾ ਬੱਚੇ ਹੋਏ ਨੇ ਅੱਜ ਮਦਰਸ ਡੇ ਦੇ ਮੌਕੇ ਤੇ ਤੇ ਆਓ ਚੱਲੀਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ ਮੈਮ ਕੀ ਨਾਮ ਹੈ ਤੁਹਾਡਾ ਹਾਈ ਮੇਰਾ ਨਾਮ ਪ੍ਰਵੀਨ ਹੈ ਮੈਮ ਮਦਰਸ ਡੇ ਤੇ ਤੁਹਾਨੂੰ ਰੱਬ ਦੇ ਵੱਲੋਂ ਤੋਹਫਾ ਮਿਲਿਆ ਬਲਕਿ ਡਬਲ ਖੁਸ਼ੀ ਮਿਲੀ ਹੈ ਜੁੜਵਾ ਬੱਚੇ ਹੋਏ ਨੇ ਤੁਹਾਡੇ ਤੇ ਕੀ ਕਹਿਣਾ ਮੈਮ ਉਹਦੇ ਮੈਨੂੰ ਬਹੁਤ ਖੁਸ਼ੀ ਹੈ ਕਿ ਮਦਰਡੇਸ ਦੇ ਮੌਕੇ ਤੇ ਭਗਵਾਨ ਨੇ ਮੈਨੂੰ ਟਵਿਨਸ ਦਿੱਤੇ ਹਨ ਇੱਕ ਬੇਟਾ ਹੈ ਇੱਕ ਬੇਟੀ ਹੈ ਠੀਕ ਹੈ ਇਸ ਤੋਂ ਪਹਿਲਾਂ ਵੀ ਮੇਰੇ 5.5 ਸਾਲ ਦੀ ਬੇਟੀ ਹੈ ਮੈਂ ਚਾਹੁੰਦੀ ਸੀ ਮੇਰੀ ਫੈਮਿਲੀ ਕੰਪਲੀਟ ਹੋ ਜਾਵੇ ਜੋ ਕਿ ਭਗਵਾਨ ਨੇ ਉਹ ਮੇਰਾ ਆ ਮਦਰਡੇਸ ਦੇ ਮੌਕੇ ਤੇ ਉਹ ਕੰਪਲੀਟ ਕਰਤਾ ਤੇ ਮੈਮ ਹੁਣ ਪਹਿਲਾਂ ਜਿਵੇਂ ਤੁਸੀਂ ਇੱਕ ਦੱਸਿਆ ਕਿ ਬੇਟੀ ਸੀ ਤੁਹਾਡੇ ਔਰ ਹੁਣ ਜੁੜਵਾ ਬੱਚੇ ਹੋਏ ਨੇ ਇੱਕ ਬੇਟਾ ਹੋਇਆ ਬੇਟੀ ਹੋਈ ਹੈ ਤੇ ਹੁਣ ਤੁਸੀਂ ਤਿੰਨ ਬੱਚਿਆਂ ਦੀ ਮਦਰ ਬਣ ਗਏ ਹੋ ਤਾਂ ਉਹ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ वर्ड्स कांट एक्सप्रेस द लव ठीक है फॉर द किड्स आई हैव आई रियली थैंक टू गॉड फॉर ब्लेस मी विद ट्विन्स और मैम हूँ मतलब कि तुम तो ज़्यादा मेहनत करनी पेगी बच्चों से उसकी कि uh, कुछ सोचा है ओबियसली ज्वाइंट फैमिली हैं मदर हैं फादर हैं और संभाल लेंगे कोई दिक्कत नहीं आएगी और मैम नॉर्मल डिलीवरी से तो uh, मेरा सी सेक्शन होया डॉक्टर विजयदीप मैम ਨੇ ਬਹੁਤ ਚੰਗੀ ਤਰ੍ਹਾਂ ਟ੍ਰੀਟ ਕੀਤਾ ਹੈ ਮੈਂ ਉਹਨਾਂ ਨੂੰ ਥੈਂਕ ਯੂ ਵੀ ਕਰਨਾ ਚਾਹਾਂਗੀ ਕਿਉਂਕਿ ਉਹਨਾਂ ਨੇ ਥਰੂ ਆਈ ਪ੍ਰੈਗਨਸੀ ਜਰਨੀ ਦੇ ਵਿੱਚ ਮੇਰਾ ਬਹੁਤ ਸਾਥ ਦਿੱਤਾ ਹੈ ਤੇ ਉਹਨਾਂ ਦਾ سپورਟਿਵ ਸਟਾਫ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਚਾਹਾਂਗੀ ਲਵ ਫॉर देम ਇਸ ਮੈਂ ਅੱਜ ਮਦਰਸ ਡੇ ਹੈ ਤੁਸੀਂ ਸਾਰੀ ਮਦਰਸ ਨੂੰ ਇੱਕ ਮੈਸੇਜ ਦੇਣਾ ਚਾਹਾਂਗੀ ਅੱਜ ਮਦਰਸ ਡੇ ਦੇ ਮੌਕੇ ਤੇ ਮੈਂ ਸਾਰੇ ਊਮਨਸ ਮਦਰਸ ਨੂੰ ਕਹਿਣਾ ਚਾਹਾਂਗੀ ਕਿ ਆਪ ਦੇ ਬੱਚਿਆਂ ਨੂੰ ਇਕਵਲੀ ਟਰੀਟ ਕਰਨ ਮੁੰਡੇ ਕੁੜੀਆਂ ਦੇ ਵਿੱਚ ਫਰਕ ਨਾ ਰੱਖਣ ਜਿੱਦਾਂ ਕਿ ਆਪਾਂ ਨੂੰ ਪਤਾ ਇਹਦੀ ਮਦਰਸ ਦਾ ਲਵ ਬੱਚਿਆਂ ਦੇ ਲਈ ਪ੍ਰਾਈਸਲੈਸ ਹੈ ਠੀਕ ਹੈ ਐਂਡ ਫੀਲਿੰਗ ਆਫ ਬੀਇੰਗ ਅ ਮਦਰ ਇਜ਼ ਇਨ ਕੰਪੇਅਰੇਬਲ ਠੀਕ ਹੈ ਦੋਨਾਂ 'ਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ ਔਰ ਮੈਨੂੰ ਬਹੁਤ ਖੁਸ਼ੀ ਹੈ ਮੇਰੀ ਦੋ ਬੇਟੀਆਂ ਔਰ ਇੱਕ ਬੇਟਾ ਹੈ ਸੂਚਨ ਰਾਣਾ ਹਸਪੀਟਲ ਦੇ ਡਾਕਟਰ ਵਿਜੇਦੀਪ ਕੌਰ ਜੀ ਜਿਨ੍ਹਾਂ ਨੇ ਅੱਜ ਮਦਰਸਡੇ ਦੇ ਮੌਕੇ ਤੇ ਸਾਡੇ ਨਾਲ ਮਦਰਹੁੱਡ ਦੇ ਬਾਰੇ ਗੱਲਬਾਤ ਕੀਤੀ ਹੈ ਤੇ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਹੈ ਇੱਕ ਮਾਂ ਦੀ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਇੱਕ ਖਾਸ ਅਹਿਮੀਅਤ ਹੁੰਦੀ ਹੈ ਤੇ ਇਹ ਮਦਰਸਡੇ ਸਾਰੇ ਹੀ ਮਾਵਾਂ ਨੂੰ ਆਨਰ ਕਰਨ ਦੇ ਲਈ ਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਸਿਲੂਧਿਆਣਾ ਲਾਈਵ ਦੀ ਟੀਮ ਵੱਲੋਂ ਸਾਰੀਆਂ ਹੀ ਮਦਰਸ ਨੂੰ ਹੈਪੀ ਮਦਰਸਡੇ ਕੈਮਰਾਮੈਨ ਸੇਵਾ ਸਿੰਘ ਨਾਲ ਪਰਮਜੀਤ ਗੌਰ ਤੁਸੀਂ ਦੇਖਦੇ ਰਹੋ ਲੁਧਿਆਣਾ ਲਾਈਵ ਏਜ ਬਦਨ ਨਾਲ ਜਿਹੜੀ ਬਾਤ ਚ ਪ੍ਰੈਗਨੈਂਸੀ